ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਡੇਰਾਬਾ ਨਾਨਕ ਲੜਕਿਆਂ ਦੇ ਸਕੂਲ ਦੇ ਬਾਹਰ ਚੱਲੀ ਗੋਲੀ। ਸਕੂਲ ਦੇ ਬੱਚਿਆਂ ਦੇ ਵਿੱਚ ਪੁਰਾਣੀ ਰੰਜਿਸ਼ ਦਾ ਸੀ ਮਾਮਲਾ। ਦੋ ਬੱਚੇ ਤੇ ਇੱਕ ਚੌਂਕੀਦਾਰ ਹੋਏ ਜ਼ਖਮੀ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਾਨ ਵੀ ਦਬਾ ਲਓ। ਸਿਰਫ ਵੱਡਿਆਂ ਦੇ ਵਿੱਚ ਹੀ ਨਹੀਂ ਬਲਕਿ ਬੱਚਿਆਂ 'ਚ ਵੀ ਲਗਾਤਾਰ ਆਕਰੋਸ਼ ਤੇ ਗੁੱਸਾ ਵੱਧਦਾ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਡੇਰਾਬਾ ਨਾਨਕ ਦੇ ਲੜਕਿਆਂ ਵਾਲੇ ਸਕੂਲ ਤੋਂ ਸਾਹਮਣੇ ਆਈ, ਜਿੱਥੇ ਸਕੂਲ ਦੇ ਬਾਹਰ 10ਵੀਂ ਕਲਾਸ ਦੇ ਬੱਚਿਆਂ ਦੇ ਵਿੱਚ ਲੜਾਈ ਹੋ ਗਈ ਤੇ ਪਹਿਲਾਂ ਤੋਂ ਹੀ ਆਪਣੇ ਨਾਲ ਹਥਿਆਰ ਲੈ ਕੇ ਆਏ ਮੋਟਰਸਾਈਕਲ ਤੇ ਆਏ ਦੋ ਬੱਚਿਆਂ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਕੋਲੋਂ ਲੰਘ ਰਹੇ ਦੋ ਬੱਚੇ ਜ਼ਖਮੀ ਹੋ ਗਏ ਤੇ ਸਕੂਲ ਦਾ ਚੌਂਕੀਦਾਰ ਵੀ ਜ਼ਖਮੀ ਹੋ ਗਿਆ। ਗਨੀਮਤ ਰਹੀ ਕਿ ਜ਼ਖਮੀ ਬੱਚਿਆਂ ਅਤੇ ਚੌਂਕੀਦਾਰ ਨੂੰ ਮਾਮੂਲੀ ਰੂਪ ਦੇ ਵਿੱਚ ਸੱਟਾਂ ਆਈਆਂ ਹਨ। ਦਿਲਪ੍ਰੀਤ ਸਿੰਘ ਤੇ ਦੋਵੇਂ ਜ਼ਖਮੀਆਂ ਨੂੰ ਮਲਮ ਪੱਟੀ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ। ਹਮਲਾ ਕਰਨ ਵਾਲੇ ਬੱਚਿਆਂ 'ਚੋਂ ਇੱਕ ਇਸੇ ਸਕੂਲ ਦੇ ਵਿੱਚ ਪੜ੍ਹਦਾ ਹੈ ਤੇ ਦੂਸਰਾ ਬਾਹਰ ਦਾ ਹੈ। ਸਕੂਲ ਪ੍ਰਸ਼ਾਸਨ ਨੇ ਵੀ ਸਖ਼ਤ ਰੁੱਖ ਅਪਣਾਉਂਦਿਆਂ ਦੋਸ਼ੀ ਦਾ ਨਾਮ ਸਕੂਲ ਤੋਂ ਕੱਟਣ ਦੀ ਤਿਆਰੀ ਕਰ ਲਈ ਹੈ। ਉਧਰ ਇਤਲਾਹ ਮਿਲਣ ਦੇ ਉੱਤੇ DSP ਮਨਿੰਦਰਪਾਲ ਸਿੰਘ ਆਪ ਮੌਕੇ ਤੇ ਪੁਲਿਸ ਪਾਰਟੀ ਦੇ ਨਾਲ ਪਹੁੰਚੇ। ਤਹਿਕੀਕਾਤ ਸ਼ੁਰੂ ਕਰਦਿਆਂ ਹੀ ਦੋਸ਼ੀਆਂ ਨੂੰ ਫੜਨ ਲਈ ਤੁਰੰਤ ਛਾਪੇਮਾਰੀ ਵੀ ਸ਼ੁਰੂ ਕਰ ਦਿੱਤੀ ਗਈ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਬ੍ਰੇਕਿੰਗ ਰਿਪੋਰਟ। ਜਲਦ ਹੀ ਪੂਰੀ ਕਾਰਵਾਈ ਤੋਂ ਬਾਅਦ ਬਾਕੀ ਦੀ ਰਿਪੋਰਟ ਪੇਸ਼ ਕਰਾਂਗੇ। ਜੁੜੇ ਰਹੋ ਆਲਟੂ ਨਿਊਜ਼ ਚੈਨਲ ਦੇ ਨਾਲ। ਕਿੰਨੇ ਮੁੰਡੇ ਪਏ ਸਰ? ਦੋ ਸੀ। ਉਹ ਕਿੰਨੇ ਜਣੇ? ਦੋ। ਵੱਜਾ ਕੀ ਤੁਹਾਡੇ? ਮੇਰੇ ਸ਼ਰਲਾ। ਸ਼ਰਲਾ ਨਹੀਂ, ਕੋਈ ਰਿਵਾਲਵਰ ਦੀ ਟਾਈਪ ਸੀਗੀ ਜੀ, ਕੱਢੀ ਆ ਜਾਂ ਛੋਟਾ ਛੋਟਾ ਜਿਹਾ ਉਹ ਜ਼ਮੀਨ ਥੱਲੇ ਨੂੰ ਕਰਕੇ ਮਾਰੇ ਚਲਾਈ? ਨਹੀਂ ਨਹੀਂ, ਮੁੰਡੇ ਨੇ ਮਾਰਾ ਲੱਗਾ ਸੀ ਨਾ, ਟੀਟੀ ਅੰਕਲ ਹੈਗੇ ਨਾ ਇੱਥੋਂ ਦੇ, ਉਹਨਾਂ ਨੇ ਗੋਟਾ ਕਰਕੇ ਠਾਹ। ਕਿੰਨੇ ਜਣੇ ਸੀ ਉਹ? ਦੋ। ਦੋ ਜਣੇ? ਹਾਂਜੀ। ਕੀ ਨਾਮ ਉਹਨਾਂ ਦਾ? ਇਹ ਨਾਜ਼ੀ ਨੇ। ਕਿਹੜਾ ਪਿੰਡ ਆਪਣਾ? ਅਰਵਾ। ਕਿਹੜੀ ਕਲਾਸ 'ਚ ਪੜ੍ਹਦੇ? ਗੱਲਬਾਤ ਹੋਈ ਹੈ ਜਿਹੜੀ? ਹਾਂਜੀ। ਪਤਾ ਨਹੀਂ ਸਾਨੂੰ ਸਾਰੇ ਮੁੰਡਿਆਂ ਨੂੰ ਕਹਿੰਦੇ ਸੈਰ ਤੇ ਆ ਗਏ। ਕੌਣ ਸੀ ਉਹ? ਲੱਲੀ ਸਾਹਿਲ ਕਹਿੰਦੇ ਤਾਂ ਪੁੱਛਣ। ਉਹ ਵੀ ਪੜ੍ਹਦਾ ਮੁੰਡਾ ਸੀ? ਹਾਂਜੀ, 10th ਕਲਾਸ 'ਚ ਪੜ੍ਹਦਾ। ਹਾਂ, ਕੀ ਗੱਲਬਾਤ ਹੋਈ ਫਿਰ ਅੱਜ ਤੁਹਾਡੀ? ਗੱਲਬਾਤ ਕਹਿੰਦਾ ਵੀ ਇੱਧਰ ਆ ਜਾਓ, ਕਹਿੰਦਾ ਬਾ ਆਉਂਦਿਆਂ 'ਚ ਫਿਰ ਮਾਰਨ ਡਿਆ ਗਿਆ ਅਤੇ ਫਿਰ ਉਹਨੇ ਪਿਸਤੌਲ ਕੱਢ ਕੇ ਮਾਰਨ ਲੱਗਾ ਗੋਲੀ ਮੇਰੀ ਸਿੱਧੀ। ਅੱਛਾ ਜੀ। ਫਿਰ ਚੌਂਕੀਦਾਰ ਨੇ ਫੜ ਕੇ ਹੱਥ ਥਾਂ ਨੂੰ ਕੀਤਾ ਸੀ, ਫਿਰ ਥੱਲੇ ਚੱਲ ਕੇ ਤੇ ਕਿਤੇ ਮੁੰਡੇ ਦੇ ਵੱਜੀ ਆ, ਉਹ ਵੱਜਿਆ ਸਰਲਾ ਵੱਜਿਆ। ਅੱਛਾ, ਕਿੰਨੇ ਜਾਣੇ ਸੀ ਉਹ? ਆਪਾਂ ਹੈਗੇ ਹਾਂ 7-8 ਜਾਣੇ। ਨਹੀਂ, ਉਹ ਕਿੰਨੇ ਜਾਣੇ ਸੀ? ਉਹ 2 ਜਾਣੇ ਸੀ। ਕੋਈ ਪਹਿਲਾਂ ਵੀ ਤੁਹਾਡੀ ਕੋਈ ਲੜਾਈ ਝਗੜਾ ਹੋਇਆ ਉਹਨਾਂ ਨਾਲ? ਨਹੀਂ। ਜਿਹਨੇ ਗੋਲੀ ਮਾਰੀ ਉਹ ਸਕੂਲ ਪੜ੍ਹਦਾ ਮੁੰਡਾ? ਹਾਂਜੀ। ਕੀ ਨਾਂ ਦੱਸਿਆ ਉਹਦਾ? ਲੱਲੀ ਪੁੱਠਾ ਨਾਂ ਦਾ ਪਤਾ। ਕਿੱਥੋਂ ਦਾ ਮੁੰਡਾ ਉਹ? ਗੜਕੇ ਦਾ। ਅਸੀਂ ਬੈਠੇ ਰਹੇ ਬਾਹਰ, ਬੈਠੇ ਰਹੇ ਹਾਂ ਅਤੇ ਉਹ ਬੱਚੇ ਬੱਚੇ ਲੜਨ ਡਿਆ ਪਏ ਆਪਸ 'ਚ, ਅਤੇ ਲੜਦਿਆਂ ਲੜਦਿਆਂ ਉਹਨੇ ਜਦੋਂ ਮਗਰੋਂ ਰਿਵਾਲਵਰ ਕੱਢਿਆ ਵਾ, ਮੁੜ ਕੇ ਮੈਂ ਭੱਜ ਕੇ ਗੁੱਟ ਤੋਂ ਫੜਿਆ ਵਾ, ਗੁੱਟ ਤੋਂ ਉਹਨੇ ਮੁੜ ਕੇ ਥਾਂ ਚੱਲ ਗਿਆ ਅਤੇ ਉਹ ਮੇਰੇ ਵੀ ਸੱਟ ਲੱਗ ਗਈ ਹੈ ਅਤੇ ਉਹਦੇ ਵੀ ਤਾਂ ਮੁੜ ਕੇ ਉਹਨਾਂ ਨੂੰ ਉਹ ਭੱਜ ਗਏ ਨੇ ਫਟਾਫਟ ਮੋਟਰਸਾਈਕਲ 'ਤੇ। ਇਹ ਨਹੀਂ ਪਤਾ ਮੈਨੂੰ, ਉੱਥੇ ਵੈਰੋ ਕੀ ਦੀ ਆ, ਕਹਿੰਦੇ ਵੈਰੋ ਕੀ ਦੇ। ਇਹ ਗੱਲ ਤਾਂ ਨਹੀਂ ਸਰ ਪਤਾ ਮੈਨੂੰ, ਬੱਚਿਆਂ ਬੱਚਿਆਂ ਦੀ ਲੜਾਈ ਕੀ ਪਤਾ ਕਾਹਦੀ ਗਲਤ ਹੋਈ ਹੈ, ਸਿਆਣੇ ਬੰਦੇ ਦੀ ਲੜਾਈ ਹੋਵੇ ਤਾਂ ਫਿਰ ਤਾਂ ਝੱਟ ਪਤਾ ਲੱਗ ਜਾਂਦਾ ਸਰ। ਹੈਂ, ਮੇਰੇ ਵੱਜੀ ਇੱਕ ਮਾੜਾ ਸ਼ਰਲਾ ਵੱਜਿਆ ਮੇਰੇ ਵੀ ਅਤੇ ਉਹਦੇ ਵੀ ਵੱਜਿਆ। ਹੈਂ? ਹਾਂਜੀ ਹਾਂਜੀ। ਪਤਾ ਨਹੀਂ ਸਰ, ਇਸ ਬਾਰੇ ਨੌਲੇਜ ਹੀ ਨਹੀਂ, ਅਸੀਂ ਕਦੀ ਰੱਖਿਆ ਹੀ ਨਹੀਂ, ਸਾਨੂੰ ਪਤਾ ਹੀ ਨਹੀਂ। ਸਰ, ਜਦੋਂ ਆਪਾਂ ਸਵੇਰੇ ਸਕੂਲ ਆਏ ਹਾਂ, 8:30 ਸਾਡਾ ਸਕੂਲ ਲੱਗਦਾ ਜੀ, ਉਸ ਤੋਂ ਬਾਅਦ ਮੋਰਨਿੰਗ ਅਸੈਂਬਲੀ ਜਿਹੜੀ ਸਾਡੀ ਚੱਲ ਰਹੀ ਸੀਗੀ ਅਤੇ ਲਗਭਗ 9:45 ਜਿਹੜਾ ਵਾ ਉਹ ਕੋਈ ਇੱਕ ਪੇਰੈਂਟਸ ਸੀਗੇ, ਉਹ ਆਪਣੇ ਬੱਚੇ ਨੂੰ ਛੱਡਣ ਆ ਰਹੇ ਸੀਗੇ ਸਕੂਲ ਤੋਂ ਬਾਹਰ, ਕਾਫੀ ਹਟਵਾਂ ਸੀਗਾ ਗੇਟ ਤੋਂ, ਅਤੇ ਉੱਥੇ ਦੋ ਬੱਚਿਆਂ ਨੇ ਜਾਂਦੇ ਜਾਂਦੇ ਜਿਹੜੀ ਆ ਥੱਲੇ ਨੂੰ ਗੋਲੀ ਚਲਾਈ ਆ ਜੀ ਸੜਕ ਦੇ ਉੱਤੇ, ਅਤੇ ਉਹਦੇ ਸ਼ਰ੍ਹਾ ਜਿਹੜਾ ਵਾ ਇੱਕ ਉਹ ਬੱਚੇ ਦੇ ਲੱਗਿਆ ਅਤੇ ਇੱਕ ਸਾਡੇ ਜਿਹੜਾ ਵਾ ਉਹ ਚੌਂਕੀਦਾਰ ਦੀ ਲੱਤ 'ਤੇ ਥੋੜ੍ਹਾ ਜਿਹਾ ਲੱਗਿਆ ਜੀ, ਅਤੇ ਉਹ ਬੱਚੇ ਦੇ ਪੇਰੈਂਟਸ ਹੀ ਆ ਰਹੇ ਆ। ਜਿਹੜੀ ਵਾਰਦਾਤ ਆ ਸਕੂਲ ਦੀ, ਮਤਲਬ ਮੇਨ ਗੇਟ ਤੋਂ ਮਤਲਬ 50 ਕੁ ਮੀਟਰ ਹਟਵੀਂ ਹੋਈ ਆ ਜੀ। ਬੱਚੇ ਦੋਨੇ ਸਕੂਲ ਦੇ ਲੱਗੀ ਆ, ਜਿਹਨੇ ਚਲਾਈ ਆ? ਸਰ, ਜਿਹਦੇ ਲੱਗੀ ਉਹ ਤਾਂ ਸਕੂਲ ਦਾ ਵਾ, ਅਤੇ ਜਿਹੜੇ ਜਿਹਨਾਂ ਚਲਾਈ ਆ ਉਹਦਾ ਜੇ ਪੁਲਿਸ ਕਰ ਰਹੀ ਆ ਵੇਰੀਫਾਈ, ਉਹ ਥੋੜ੍ਹੀ ਦੇਰ ਤੱਕ ਪਤਾ ਲੱਗ ਜੂਗਾ ਜੀ।
ਸਰ ਉਹ ਬੱਚੇ ਕਹਿ ਰਹੇ ਆ ਕਿ ਉਹ ਰਿਵਾਲਵਰ ਸੀਗਾ ਜੀ ਕਿ ਜਿਸ ਤੋਂ ਚਲਾਈ ਗਈ ਆ ਉਹ ਰਿਵਾਲਵਰ ਸੀਗਾ ਉਹਨਾਂ ਥੱਲੇ ਨੂੰ ਗੋਲੀ ਮਾਰੀ ਆ ਅਤੇ ਉਹਦੇ ਜਿਹੜੇ ਸ਼ਰੇ ਆ ਉਹ ਉੱਭਰ ਕੇ ਲੱਗੇ ਆ ਉਹਨਾਂ ਦੇ ਪ੍ਰਸ਼ਾਸਨ ਹਾਂਜੀ ਸਰ ਪੁਲਿਸ ਉਸੇ ਵੇਲੇ ਆ ਗਈ ਆ ਜੀ ਡੀ ਐੱਸ ਪੀ ਸਾਹਿਬ ਵੀ ਆਏ ਆ ਐੱਸ ਐੱਚ ਓ ਸਾਹਿਬ ਵੀ ਆਏ ਆ ਉਹ ਬੱਚੇ ਟਰੇਸ ਕਰ ਲਏ ਆ ਉਹਨਾਂ ਨੇ ਇੱਕ 'ਤੇ ਕਰ ਲਿਆ ਟਰੇਸ ਅਤੇ ਦੂਸਰੇ ਨੂੰ ਕਰ ਰਹੇ ਆ ਥੋੜ੍ਹੀ ਦੇਰ ਤੱਕ ਉਹਨਾਂ ਨੇ ਸਾਨੂੰ ਕਿਹਾ ਕਿ 2 ਘੰਟੇ ਤੱਕ ਆਪਾਂ ਜਿਹੜਾ ਵਾ ਇਹ ਸਾਰਾ ਜਿਹੜਾ ਸਾਲਵ ਕਰਨਾ ਬੱਚਿਆਂ ਦੇ ਹਾਲਾਤ ਬੱਚੇ ਸਰ ਬਿਲਕੁਲ ਠੀਕ ਆ ਜੀ ਘਰ ਚੱਲੇ ਗਏ ਆ ਬਸ ਥੋੜ੍ਹੇ ਜਿਹੇ ਸ਼ਰੇ ਲੱਗੇ ਆ ਮਾੜਾ ਜਿਹਾ ਲੱਗਾ ਇੱਕ ਦੇ ਲੱਤ ਦੇ ਉੱਤੇ ਦੋਨਾਂ ਦੇ ਲੱਤੇ ਲੱਗੇ ਆ ਜੀ ਚੌਕੀਦਾਰ ਵੀ ਸਾਡਾ ਠੀਕ ਆ ਬਿਲਕੁਲ ਅਤੇ ਬੱਚਾ ਵੀ ਬਿਲਕੁਲ ਠੀਕ ਆ ਹਾਂਜੀ ਅੱਜ ਮੇਰੇ ਧਿਆਨ ਵਿੱਚ ਆਇਆ ਹੈਗਾ ਕਿ ਸਵੇਰੇ ਇੱਕ ਬੱਚਾ ਦਿਲਪ੍ਰੀਤ ਸਿੰਘ ਸਾਡੇ ਕੋਲ ਆਇਆ ਜਿਸ 'ਤੇ ਕੋਈ ਛੋਟਾ ਜਿਹਾ ਸ਼ਰਾ ਵੱਜਣ ਕਰਕੇ ਇੰਜਰੀ ਸੀਗੀ ਦਿਲਪ੍ਰੀਤ ਸਿੰਘ ਉਸਦਾ ਨਾਮ ਸੀਗਾ ਉਸ 'ਤੇ ਅਸੀਂ ਪੂਰਾ ਫਸਟ ਏਡ ਦੇ ਕੇ ਪੱਟੀ ਵਗੈਰਾ ਕਰਕੇ ਕੋਈ ਵੱਡੀ ਇੰਜਰੀ ਨਹੀਂ ਸੀ ਸਿਰਫ ਟੱਚ ਕਰਕੇ ਉਹ ਸਿਰਫ ਐਕਸਟਰਨਲ ਆਪਣਾ ਚਮੜੀ ਦੇ ਉੱਤੇ ਹੀ ਨਿਸ਼ਾਨ ਜਿਹਾ ਪਿਆ ਜਿਸ ਕਰਕੇ ਥੋੜ੍ਹੀ ਜਿਹੀ ਬਲੀਡਿੰਗ ਹੋਈ ਸੀ ਉਹਦੀ ਪੱਟੀ ਵਗੈਰਾ ਕਰਕੇ ਉਹਦਾ ਪੂਰਾ ਫਸਟ ਏਡ ਦੇ ਕੇ ਉਹਦੇ ਟੀਕੇ ਲਾ ਕੇ ਨਾਲ ਦਵਾਈ ਦੇ ਕੇ ਅਸੀਂ ਉਹਨੂੰ ਘਰ ਭੇਜ ਦਿੱਤਾ ਹੈਗਾ ਇੱਕੋ ਹੀ ਬੱਚਾ ਆਇਆ ਸਾਡੇ ਹਾਂਜੀ ਉਹ ਪਹਿਲੇ ਦਿਖਾ ਗਿਆ ਸੀਗਾ ਉੱਧਰਲੇ ਪਾਸੇ ਡਾਕਟਰ ਸਾਹਿਬ ਨੂੰ ਉਹ ਵੀ ਠੀਕ ਠਾਕ ਹੈ ਹਾਂਜੀ ਹਾਂਜੀ ਇਹ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇੱਕ ਗੌਰਮੈਂਟ ਸਕੂਲ ਹੈਗਾ ਬੋਇਜ਼ ਦਾ ਕਿ ਉਹਦੇ ਬਾਰੇ ਇੱਕ ਗੋਲੀ ਦੀ ਵਾਰਦਾਤ ਹੋਈ ਆ ਅਸੀਂ ਉਹਨੂੰ ਜਦੋਂ ਜਾ ਕੇ ਮੌਕੇ 'ਤੇ ਵੈਰੀਫਾਈ ਕੀਤਾ ਇਹ ਬੱਚੇ ਇੱਕ 9th ਦੇ ਵਿੱਚ ਨੇ ਅਤੇ ਇੱਕ ਬੱਚਾ 10th ਦੇ ਵਿੱਚ ਆ ਇੱਕ ਜਿਹੜਾ ਗੁਰਸਾਹਿਨ ਹੈਗਾ ਉਹ 9th ਦੇ ਵਿੱਚ ਹੈਗਾ ਇੱਕ ਮੁੰਡਾ ਲਾਲੀ ਲਾਲੀ ਕਹਿੰਦੇ ਨੇ ਉਹ 10th ਦੇ ਵਿੱਚ ਹੈਗੇ ਨੇ ਇਹਨਾਂ ਦੀ ਕੋਈ ਆਪਸ ਦੇ ਵਿੱਚ ਸਕੂਲ ਦੇ ਵਿੱਚ ਹੀ ਕੋਈ ਤੂਤੂ ਮਹਿਮਾ ਹੋਈ ਹੈ ਉਹਦੇ ਨਾਲ ਇੱਕ ਮੁੰਡਾ ਜਿਹੜਾ ਲਾਲੀ ਦੇ ਨਾਲ ਇੱਕ ਮੁੰਡਾ ਆਇਆ ਸੀਗਾ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਅਤੇ ਉਮੀਦ ਹੈ ਕਿ ਅਸੀਂ ਇਹਨੂੰ ਜਲਦੀ ਹੀ ਦੋਨਾਂ ਦੋਸ਼ੀਆਂ ਨੂੰ ਫੜ ਲਵਾਂਗੇ ਅਸੀਂ ਸਰ ਕਾਰਨਾਂ ਦਾ ਪਤਾ ਲੱਗਣ ਕਿਸ ਗੱਲ ਨੂੰ ਕਾਰਨ ਇਹਨਾਂ ਦਾ ਜੀ ਜੋ ਸਾਨੂੰ ਪ੍ਰੀਲਿਮੀਨਰੀ ਇਨਕੁਆਇਰੀ ਦੇ ਵਿੱਚ ਸਾਡੇ ਕੋਲ ਜੋ ਆਇਆ ਕਿ ਇਹਨਾਂ ਦੇ ਕੋਈ ਆਪਸੀ ਮੁੰਡਿਆਂ ਮੁੰਡਿਆਂ ਦੀ ਬੱਚਿਆਂ ਦੀ ਕੋਈ ਆਪਸ ਦੇ ਵਿੱਚ ਇਹਨਾਂ ਦੀ ਤੂਤੂ ਮਹਿਮਾ ਹੋਈ ਆ ਉਹਨੂੰ ਹੀ ਇਹ ਦੇਖਦੇ ਹੋਏ ਜਿਹੜਾ ਇੱਕ ਮੁੰਡਾ ਬਾਹਰੋਂ ਕਹਿੰਦੇ ਪਲੱਸ ਟੂ ਕਰਕੇ ਗਿਆ ਸੀ ਇਸੇ ਸਕੂਲ ਦੇ ਵਿੱਚੋਂ ਉਹ ਮੁੰਡਾ ਇਹਨਾਂ ਦੇ ਨਾਲ ਆਇਆ ਸੀ ਨਹੀਂ ਹਾਲੇ ਤੱਕ ਅਸੀਂ ਬਸ ਸਾਡੀ ਵੱਖ ਵੱਖ ਟੀਮਾਂ ਬਣਾ ਕੇ ਰੇਡ ਕਰ ਰਹੇ ਹਾਂ ਸਾਨੂੰ ਜੋ ਜੋ ਇਨਫੋਰਮੇਸ਼ਨ ਆਈ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਰੇਡ ਕੀਤੀ ਹੈ ਅਤੇ ਪਲੱਸ ਇੱਕ ਟੀਮ ਸਾਡੀ 12ਵੀਂ ਰੇਡ ਕਰ ਰਹੀ ਹੈ ਸਰ ਜੋ ਮਨ ਨੂੰ ਚੌਂਕੀ ਤਰ ਗੁੱਟਣਾ ਪੜਦਾ ਤੋਂ ਜੀ ਸਰ ਦੇਖੋ ਹੁਣ ਇਹ ਇੰਸੀਡੈਂਟ ਜਿਹੜਾ ਹੋਇਆ ਆ ਉਹਦੇ ਉਹਨੂੰ ਹੀ ਅਸੀਂ ਦੇਖਦੇ ਹੋਏ ਸੀਰੀਅਸ ਨਾਲ ਲੈਂਦੇ ਕਿਉਂਕਿ ਬੱਚੇ ਹੈਗੇ ਨੇ ਕੋਈ ਉਹਨੂੰ ਸੀਰੀਅਸ ਦੇ ਆਧਾਰ 'ਤੇ ਅਸੀਂ ਲੈ ਕੇ ਉਹਨੂੰ ਅਸੀਂ ਇਹ ਕਾਰਵਾਈ ਕਰਦੇ ਹਾਂ ਜੀ